ਲੈ ਵੀ ਆਹ ਚੱਲੀ ਜਾਂਦੀ ਆ ਮਸ਼ੀਨ, ਤੁਹਾਡੇ ਸਾਹਮਣੇ ਆ ਰੁੱਗ ਲਾਈ ਜਾਂਦਾ, ਜਮਾਂ ਸੁੱਕਾ ਲਾਂਗਾ, ਜਮਾਂ ਲੱਕੜਾਂ ਵਰਗਾ ਲਾਂਗਾ ਇਹ, ਅਤੇ ਖਿਚਾਈ ਦੇਖ ਲਓ, ਅਤੇ ਇੱਧਰਲੇ ਪਾਸੇ ਤਾਂ ਚੜ੍ਹਾ ਕੇ ਦਿਖਾ ਦਿੰਦਾ ਤੁਹਾਨੂੰ, ਤਾਂ ਕੁਤਰਾ ਦਿਖਾ ਦਿੰਦਾ ਤੁਹਾਨੂੰ, ਕੁਤਰਾ ਕੁਤਰਾ ਦਿਖਾ ਦੇ, ਚੱਕ ਲੈਂਦੇ ਆਹ ਵੇਖ ਲਓ ਲੈ, ਲੈ ਵੀ ਸੱਜਣੋ ਆਪਾਂ ਪਹੁੰਚ ਚੁੱਕੇ ਹਾਂ ਬੁਲਾਡੇ। ਬੁਲਾਡੇ ਨਾ ਭੱਚੂ ਵਾਲਿਆਂ ਦੇ ਟੋਕੇ ਬਣਦੇ ਆ, ਜਿਹੜੇ ਤੁਸੀਂ ਦੇਖੋਗੇ ਨਾ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਰਾਜਸਥਾਨ ਹੋਵੇ, ਹਰਿਆਣਾ ਹੋਵੇ, ਤਾਂ ਆਹ ਟੋਕੇ ਗਊਸ਼ਾਲਾਵਾਂ ਦੇ ਵਿੱਚ ਤੁਹਾਨੂੰ ਵੱਡੇ ਥਾਵਾਂ 'ਤੇ ਜਿੱਥੇ ਵੱਡਾ ਕੁਤਰਾ ਕਰਨਾ ਹੋਵੇ, ਜਿੱਥੇ ਆਪਾਂ ਕਹਿ ਲਈਏ ਵੀ 10 ਘੰਟਿਆਂ ਦਾ ਕੰਮ ਘੰਟੇ 'ਚ ਨਿਬੇੜਨਾ ਹੋਵੇ ਨਾ, ਉੱਥੇ ਤੈਨੂੰ ਆਮ ਤੌਰ 'ਤੇ ਨਾ ਭੱਚੂ ਵਾਲਿਆਂ ਦੇ ਆ ਜਿਹੜੇ ਟੋਕੇ ਆ ਇਹੀ ਚੱਲਦੇ ਮਿਲਣਗੇ। ਬਹੁਤ ਸਾਰੇ ਲੋਕ ਜਿਹੜੇ ਹੱਥੀਂ ਵੱਢ ਕੇ ਮੱਕੀ ਚਾਰ ਪਾਉਂਦੇ ਉਹ ਵੀ ਵਰਤਦੇ ਆ, ਬਹੁਤ ਸਾਰੇ ਪੱਠਿਆਂ ਵਾਸਤੇ, ਗਊਸ਼ਾਲਾ ਵਾਸਤੇ, ਜਾਂ ਵੱਡੇ ਜਿਹੜੇ ਫਾਰਮ ਆ, ਵੱਡੇ ਫਾਰਮ ਆ ਉਹਨਾਂ ਦੇ ਵਰਤੇ ਜਾਂਦੇ ਆ। ਕਿਸ ਤਰ੍ਹਾਂ ਦਾ ਮਟੀਰੀਅਲ ਵਰਤਦੇ ਆਪਾਂ ਬਾਈ ਹੁਣਾਂ ਨਾਲ ਤੁਹਾਡੀ ਗੱਲ ਕਰਾ ਦਿੰਦੇ ਹਾਂ। ਵੈਸੇ ਇਹਨਾਂ ਦੀ ਜਿਹੜੀ ਗਵਾਹੀ ਆ ਉਹ ਇਹਨਾਂ ਦੇ ਗਾਹਕ ਭਰਦੇ ਆ, ਆਪਾਂ ਗੱਲਬਾਤ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਬਾਈ ਜੀ ਮਟੀਰੀਅਲ ਦੱਸਿਓ ਇਹਨਾਂ ਦੇ ਵਿੱਚ ਕਿਹੋ ਜਿਹਾ ਵਰਤਦੇ ਹਾਂ ਆਪਾਂ। ਮਟੀਰੀਅਲ ਤਾਂ ਵੈਸੇ ਬਹੁਤ ਵਧੀਆ ਵਧੀਆ ਵਰਤਦੇ ਹਾਂ ਜੀ। ਹੁਣ ਆਹ ਗੇਅਰ ਦੇ ਬਾਰੇ ਗੱਲ ਕਰੀਏ ਜੀ ਆਪਾਂ, ਜੀ ਕੋਈ ਬੰਦਾ ਨਹੀਂ ਇੰਨਾ ਮੋਟਾ ਗੇਅਰ ਪਾਉਂਦਾ ਜੀ, ਸਾਰਾ ਟਰੱਕ ਦੀਆਂ ਗਰਾਰੀਆਂ ਸਮਾਨ ਪਾ ਕੇ ਬਣਾਇਆ ਹੋਇਆ ਜੀ ਇਹਦਾ ਗੇਅਰ, ਜਿਹੜਾ ਗੇਅਰ ਬਕਸਾ ਜੀ, ਤਾਂ ਜ਼ਿੰਦਗੀ ਭਰ ਲੱਕੜਾਂ ਟੁੱਕੀ ਜਾਓ ਚਾਹੇ ਗੇਅਰ ਬਕਸਾ ਨਹੀਂ ਹੱਡੂਗਾ ਜੀ। ਜੀ ਹਾਂਜੀ, ਜਿਹੜਾ ਬੈਰਿੰਗ ਨੇ ਜੀ ਆ ਸਾਰੇ ਇੱਟਾਂ ਵਾਲੇ ਗੋਲੇ ਬੈਰਿੰਗ ਪਾਏ ਨੇ, ਮੋਟੀਆਂ ਜਾਟਾਂ ਪਾ ਕੇ ਜੀ, ਯਾਨੀ ਕਿ ਗਾਹਕ ਨੂੰ ਕੋਈ ਦਿੱਕਤ ਨਾ ਆਵੇ ਜੀ। ਇਹਦੇ 20-25 ਬੰਦੇ ਕੰਮ ਕਰਦੇ ਨੇ ਜੀ, ਇੱਕ ਬੰਦਾ ਵੀ ਇੱਕ ਮਿੰਟ ਖੜ ਘੰਟਾ ਵੀ ਕੰਮ ਕਰ ਰਿਹਾ, 25 ਬੰਦੇ ਦਾ ਕੰਮ ਖੜਦਾ ਜੀ। ਸਾਰੇ ਬੈਰਿੰਗ ਸ਼ੈਰਿੰਗ ਓਕੇ ਆ, ਲੋਹੇ ਦੇ ਬਣਾ ਕੇ ਸਾਰੇ ਪਾਏ ਹੋਏ ਜੀ ਗਾਰਡ ਜੀ, ਸਾਰਾ ਮਟੀਰੀਅਲ ਪੂਰਾ ਮੈਂ ਵਧੀਆ ਵਧੀਆ ਬਣਾਇਆ ਹੋਇਆ ਜੀ। ਹਾਂ, ਜਿੰਨਾ ਵੀ ਕਹਿੰਦਾ ਪਲੇਟਾਂ ਪਲੂਟਾਂ ਸਾਰੀਆਂ ਪੂਰੀਆਂ ਹੈਵੀ ਪਾਈਆਂ ਨੇ ਜੀ। ਬਾਈ ਕਿੰਨਾ ਕੁ ਨਵੇੜਾ ਕਰ ਦਿੰਦਾ ਵੀ ਜੇ ਆਪਾਂ ਕਿੱਲਿਆਂ ਦੇ ਹਿਸਾਬ ਨਾਲ ਗੱਲ ਕਰਕੇ ਵੀ ਵੱਡੇ ਬਿੱਲ ਢੋਇਆ ਪਿਆ ਹੋਵੇ ਮਾਲ, ਵੀ ਕਿੰਨੇ ਕਿੱਲੇ ਕੁਤਰ ਦੂਗਾ ਇਹ? 13 ਫੁੱਟੀ ਟਰਾਲੀ 7-8 ਮਿੰਟਾਂ 'ਚ ਭਰ ਦਿੰਦਾ ਜੀ। 13 ਫੁੱਟੀ ਟਰਾਲੀ 7 ਮਿੰਟਾਂ 'ਚ ਭਰ ਦਿੰਦਾ, 7 ਮਿੰਟਾਂ 'ਚ ਭਰ ਕੇ ਬੜਾ ਮਾਰਦਾ ਜੀ। ਕਿਹੋ ਜਿਹਾ ਸਮਾਨ ਲਾਉਂਦੇ ਮਾੜਾ ਜਿਹਾ ਵਿਖਾਉਂਗੇ ਇਹਦਾ ਗੇਅਰ? ਆਹ ਵਿੱਚ ਵੀਲ ਪੈਂਦਾ ਜੀ, ਇਹਦੇ ਇਹ ਵਿੱਚ ਪੈਂਦਾ ਜੀ ਵੀਲ ਦਾ। ਹਾਂ ਵੀਲ, ਹਾਂਜੀ ਇਹਦੇ ਵਿੱਚ ਪੈਂਦਾ। ਆਹ ਵੀਲ ਵਿੱਚ ਪੈਂਦਾ, ਵਿੱਚ ਪੈਂਦਾ ਇਹ, ਦਿਖਾ ਦੂੰ ਮੈਂ ਸਾਰਾ ਜੀ। ਆਹ ਕੀ ਪਿਆ? ਆਹ ਇਹਦਾ ਹੀ ਪਿਆ ਸਮਾਨ ਕੁਝ? ਇਹ ਇਹਦਾ ਸਮਾਨ, ਹਾਂ ਜੀ ਸਾਰੀ ਇਹ ਵਿੱਚ ਚੈਨ ਚੂਨ ਪੈਂਦੀ ਹੈ ਜੀ, ਮਗਲੇ ਪਾਸੇ ਚੈਨ ਪੈਂਦੀ ਹੈ ਜੀ, ਇਹ ਗਰਾਰੀ ਪੈਂਦੀ ਹੈ ਜੀ। ਜੀ ਜੀ, ਤੇ ਆਹ ਆਹ ਇਹਦਾ ਚੁੱਲਾ, ਇਹ ਦੇਣੀ ਹੁੰਦੀ ਹੈ ਇਹਦੇ 'ਚ ਜੀ। ਆਹ ਸਮਾਨ ਸਾਰਾ ਤਿਆਰ ਹੋ ਜਾਂਦਾ ਜੀ, ਦੇਖੋ ਆਹ ਇਹ ਛੋਟੇ ਵੱਡੇ ਵੀ ਤਿਆਰ ਹੁੰਦੇ ਆ ਬਾਈ? ਇਹ ਸਾਰੇ ਇੱਕੋ ਨਾਲ ਦੇ, ਵੱਡੇ ਛੋਟੇ ਹੁੰਦੇ ਜੀ ਤਕਰੀਬਨ ਇੱਕ ਨਾਲ ਦੇ ਹੁੰਦੇ। ਆਹ ਮਟੀਰੀਅਲ ਲੱਗਦਾ ਸਾਰਾ? ਅੱਛਾ, ਆਹ ਚੱਕਰ ਆ ਉਹ ਜਿਹੜਾ ਬਣਿਆ ਪਿਆ ਜਿਹਦੇ ਉੱਤੇ ਟੋਕਾ ਲੱਗਦਾ? ਹਾਂਜੀ, ਸਾਰਾ ਇਹ ਆਪਦਾ ਹੱਥੀ ਬਣਾ ਕੇ ਸਾਰਾ ਵਧੀਆ ਬਣਾ ਕੇ ਪੂਰਾ ਮਜ਼ਬੂਤ ਬਣਾ ਕੇ ਬਣਾਉਂਦੇ ਜੀ। ਇਹਨੂੰ ਬਾਈ 0-0 ਕਿਵੇਂ ਕਰਦੇ ਆ ਇੰਨਾ? ਇਹ 0-0 ਕਰਨਾ ਪੈਂਦਾ ਜੀ, ਖੜਾ ਨਾ ਕਰਦੇ। ਤੁਸੀਂ ਦੇਖੋ ਜਿੱਥੇ ਮਰਜ਼ੀ ਖੜਾਓਗੇ ਉੱਥੇ ਖੜਦਾ ਹਨਾ, ਇਹ ਖੜੂਗਾ ਜੀ। ਹਾਂਜੀ, ਤਾਂ ਇਹ ਝਟਕਾ ਨਹੀਂ ਮਾਰਦਾ ਚੱਲਦਾ? ਝਟਕਾ ਨਹੀਂ ਮਾਰਦਾ ਜੀ। ਅੱਛਾ, ਸ਼ਾਰਟ ਹੁਣ ਪੂਰੀ ਮੋਟੀ ਸ਼ਾਰਟ, 2.5 ਸ਼ਾਰਟ ਆ ਜੀ। ਜਿਹੜਾ ਰੂਲਰ ਵਾਲਾ ਕੋਈ ਚੀਜ਼ ਦੀ ਕਿਸੇ ਗਿਰਸ ਨਹੀਂ ਕਰੀ ਹੋਈ ਜੀ, ਸਾਰੇ ਰੂਲੇ ਵਾਲੇ ਪੂਰੇ ਖਰਾ ਦੇ ਗ੍ਰੈਂਡ ਕਰਕੇ ਪਾਈ ਜੀ। ਐਂ ਨਹੀਂ ਹੈਗਾ ਵੀ ਲਿਫਟ ਬਲਵਾਈ ਹੋ ਜੂਗੀ ਵਿੱਚ, ਪਰਾਲੀ ਜੋ ਮਰਜ਼ੀ ਟੁੱਕੋ, ਪਰਾਲੀ ਟੁੱਕੋ, ਮੱਕੀ ਟੁੱਕੋ, ਕੁਤਰਾ ਵੀ ਇਹੋ ਜਿਹਾ ਹੋਊਗਾ ਜੀ। ਇਹੋ ਜਿਹੀ 50,000-1,00,000 ਦੀ ਮਸ਼ੀਨ ਦੇਖ ਲਓ ਤੁਸੀਂ, ਜਿਹੜਾ ਹੜੰਬਾ ਦੇ ਲਓ, ਇੱਕ ਬਰਾਬਰ ਦਾ ਕੁਤਰਾ ਹੋਊਗਾ। ਅੱਛਾ, ਜੇ ਜੇ ਆਪਾਂ ਕਹਿ ਲਈਏ ਵੀ ਹੜੰਬਾ ਲੈ ਲਈਏ, ਅਤੇ ਜਿਹੋ ਜਿਹੀ 30-35 ਲੱਖ ਵਾਲੀ ਮਸ਼ੀਨ ਆ, ਹਾਂਜੀ ਹਾਂਜੀ, ਉਹ ਜਿਹੋ ਜਿਹਾ ਉਹ ਕਤਰਾ ਕਰੂਗੀ, ਉਹ ਜਾਏਗਾ ਬਰਾਬਰ ਦਾ ਕਰੂਗਾ ਜੀ, ਜਿਵੇਂ ਉਹਦੇ ਬਰਾਬਰ ਦਾ ਕਰੂਗਾ, ਬਰਾਬਰ ਦਾ ਕਰੂਗਾ ਜੀ। ਬਾਈ ਇਕੱਲਾ ਚਾਰ ਪਾਉਣ ਲਈ ਮੱਕੀ ਲਈ ਥੋੜ੍ਹੋ ਵੇਖਦੇ ਹੋਣਗੇ ਇੰਨੇ? ਇਹ ਮੱਕੀ ਦੇ ਚਾਰ ਨਹੀਂ, ਪਰਾਲੀ ਦਾ ਇਕੱਠਾ ਜੀ, ਜਿਹੜੀ ਗੱਠ ਚੌਰਸ ਹੁੰਦੀ ਹੈ, ਗੋਲ ਹੁੰਦੀ ਹੈ, ਜਿਹੜੀ ਚੌਰਸ ਗੱਠ ਹੁੰਦੀ ਹੈ ਜੀ, ਇਹ 800 ਗੱਠ ਰੋਜ਼ ਡੇਲੀ ਟੁੱਕ ਹੁੰਦਾ ਜੀ। ਨਹੀਂ ਬਸ ਚੌਰਸ ਗੱਠ ਬਣੀ, ਤੁਹਾਨੂੰ ਕੋਈ ਤੱਕ ਨਹੀਂ ਬਣਾਈ, ਤੱਕ ਤੋਂ ਵੱਡਾ ਬਣਾ, ਵੱਡਾ ਬਣ ਜਾਂਦਾ ਜੀ, ਬੜੀ ਬਣਾਈ ਰੱਖਣੀ ਹੈ, ਜਿਹੜੀ ਦੂਜੀ ਆ ਖੋਲ੍ਹ ਕੇ ਲੈ ਜਾਂਦਾ ਜੀ। ਹੋਰ ਕੋਈ ਮਸ਼ੀਨ ਕਿਸੇ ਦੀ ਅੱਜ ਤੱਕ ਦੋ ਕੰਮ ਨਹੀਂ ਕਰਦੀ ਜੀ, ਆਪਣੀ ਮਸ਼ੀਨ ਦੋ ਕੰਮ ਕਰਦੀ ਹੈ ਜੀ। ਅੱਛਾ ਜੀ,
ਅੱਛਾ ਪਦੀਨਾ ਪਦੂਨਾ ਭਰੀ ਤੇ ਇਹਨਾਂ ਨੇ ਕੁਤਰਦੇ ਵਾ ਟਰਾਲੀਆਂ ਭਰੀ ਜਾਂਦੇ ਨੇ ਪਦੀਨਾ ਸੁੱਕੇ ਟਾਂਡੇ ਟੁੰਡੇ ਜੋ ਮਰਜ਼ੀ ਡੁੱਕੀ ਜਾਏ ਜੀ ਛਿੱਟੀਆਂ ਵੀ ਲੋਕ ਇਹਦਾਂ ਨੇ ਕੁਤਰਦੇ ਜਿੰਨੇ ਮਰਜ਼ੀ ਡੁੱਕੀ ਛਿੱਟੀ ਅੱਛਾ ਤਾਂ ਕਰਕੇ ਸਾਰਾ ਸਾਲ ਬਣੀ ਜਾਂਦੇ ਸਾਰਾ ਸਾਲ ਵਿਕੀ ਜਾਂਦੇ ਸਾਡੇ ਕੋਲ ਇੱਕ ਵਿਚਾਰਿਆ ਨਹੀਂ ਹੈ ਸਾਡੇ ਕੋਲ ਜਿੰਨੇ ਪਾਰਕ ਨੇ ਸੀ ਇੰਨੇ ਪਈ ਰਹਿੰਦੇ ਸਾਡੇ ਕੋਲ ਇਹ ਭਾਈ ਫਿਰ ਟਰੈਕਟਰ ਦਾ ਵੀ ਹਿਸਾਬ ਹੁੰਦਾ ਕਿ ਫਲਾਣੇ ਟਰੈਕਟਰ ਮਗਰੀ ਪਊਗਾ ਟਰੈਕਟਰ 40-100 ਤੱਕ ਟਰੈਕਟਰ ਖਿੱਚ ਲੈਂਦਾ ਜੀ ਵਧੀਆ ਜੇ ਤੁਸੀਂ ਛੋਟਾ ਲਓਗੇ ਤਾਂ ਛੋਟਾ ਵੇਚ ਲੈਂਦਾ 50 ਦਾ ਵਿਚ ਤਾਂ 40 ਦਾ ਵਿਚ ਲੈਂਦਾ 35 ਦਾ ਵਿਚ ਲੈਂਦਾ ਜੀ ਉਹ ਹੜੰਬਾ ਕਿਹੜਾ 35-100 ਦੇ ਵਿੱਚ ਚਲੇ ਜਾਂਦਾ ਜੀ ਉਹ ਥੋੜ੍ਹਾ ਛੋਟਾ ਬਣਾਇਆ ਜੀ ਅੱਛਾ ਆਹ ਛੋਟਾ ਬਣਾਇਆ ਹੋਇਆ ਥੋੜ੍ਹਾ ਜਿਹਾ ਛੋਟਾ ਸਪਾਰਸ਼ ਨਾ ਬਣਿਆ ਕਿ ਉਦਾਂ ਹੀ ਛੋਟਾ ਮਾਡਲ ਬਣਾਉਂਦੇ ਆ ਇਹ ਛੋਟਾ ਮਾਡਲ ਕੋਈ ਵਾਰ ਗਰੀਬ ਗੁਰਬ ਆ ਜਾਂਦਾ ਕਿ ਉਹਦੇ ਬਾਅਦ ਛੋਟਾ ਮਾਡਲ ਹੈ ਜੀ ਕਈ ਵਾਰ ਅੱਜ ਨੂੰ ਚੱਲਦੇ ਨੇ ਇਹ 2 ਜਮੈਂਟ ਦਾ ਗੇਅਰ ਲੱਗਿਆ ਜੀ ਛੋਟਾ ਜੀ ਇਹਦੇ 2 ਵਾਲਾ ਇਹਦੇ 4 ਵਾਲਾ ਲੱਗਿਆ ਜੀ ਇਹਦੇ 4 ਗ੍ਰਾਸ ਚੱਲਦੇ ਨੇ ਉਹਦੇ 2 ਗ੍ਰਾਸਾਂ ਵਾਲਾ ਜੀ ਉਹਦੇ 2 ਗ੍ਰਾਸ ਨੇ ਕੰਮ ਮਸ਼ੀਨ ਬਰਾਬਰ ਦੇ ਕਰੂਗੀ ਇਹ ਵੀ ਘੱਟ ਨਹੀਂ ਵੱਧ ਨਹੀਂ ਕਰਦੀ ਹਾਂ ਇਹਦੇ ਤੇ ਇਹ ਇਹ ਸਸਤਾ ਹੋਊਗਾ ਇਹ ਸਸਤਾ ਕਰੇ ਜੀ ਇਹ ਸਸਤਾ ਇਹ ਆ ਮਹਿੰਗਾ ਇਹ ਮਹਿੰਗਾ ਸਰ ਜੀ ਇਹ ਮਹਿੰਗਾ ਭਾਈ ਕਿੰਨੇ ਚਿਰ ਚ ਬਣ ਜਾਂਦਾ ਇਹ ਤਾਂ ਸਾਡੇ ਕੋਲ ਡੇਲੀ ਦੇ 3-4 ਤਿਆਰ ਹੁੰਦੇ ਨੇ ਨਹੀਂ ਤੇ ਮੰਨ ਲਓ ਵੀ ਕੋਈ ਬੰਦਾ ਅੱਜ ਆਰਡਰ ਕਰਦਾ ਕਿੰਨੇ ਦਿਨਾਂ 'ਚ ਮਿਲੂਗਾ ਉਹਨੂੰ ਜੇ ਹੁਣ ਤਾਂ ਦੇਖੋ ਸੀਜ਼ਨ ਆਈ ਹੁਣ ਤਾਂ ਹਫ਼ਤੇ ਦਾ ਟਾਈਮ ਲਵਾਂਗੇ ਜੀ ਅੱਛਾ ਹਾਂਜੀ ਨਹੀਂ ਤਾਂ ਉਹਨੂੰ ਤਾਂ ਮੱਕੀ ਦਾ ਟਾਈਮ ਹੀ ਲੰਘ ਜੂਗਾ ਲੈ ਮੱਕੀ ਦਾ ਟਾਈਮ ਤਾਂ ਲੰਘ ਜੂਗਾ ਜੀ ਥੋੜ੍ਹਾ ਫਿਰ ਜਿਹੜੇ ਪਹਿਲਾਂ ਗਾਹਕ ਨੇ ਫਿਰ ਉਹਨੂੰ ਦੇਣੇ ਪੈਂਦੇ ਦੇਣੇ ਪੈਂਦੇ ਆ ਹਾਂਜੀ ਹਾਂਜੀ ਮਗਰੋਂ ਕੀ ਜ਼ਿੰਮੇਵਾਰੀ ਰਹਿੰਦੀ ਚੱਲਦੇ ਦੀ ਜ਼ਿੰਮੇਵਾਰੀ ਫੁੱਲ ਗਰੰਟੀ ਹੋ ਜੇ ਕਿਤੇ ਮਰਜ਼ੀ ਜਾ ਕੇ ਚਲਾ ਲੇ ਬੰਦਾ ਜੀ ਆਪਾਂ ਅਗਲੇ ਦਾ ਰਸਤੇ ਦਾ ਟਾਈਮ ਹੋਊਗਾ ਜੀ ਗਰੰਟੀ ਪੂਰੀ ਹੋਊਗੀ ਇੱਕ ਸੀਜ਼ਨ ਦੀ ਜੀ ਹਾਂਜੀ ਜਿੱਥੇ ਮਰਜ਼ੀ ਚਲਾਏ ਬੰਦਾ ਕੋਈ ਕਹਿੰਦੇ ਮੇਰਾ 4 ਮੋਟਾ ਹੈ ਕੋਈ ਕਹਿੰਦੇ ਮੇਰਾ ਲੋਡ ਲੈਂਦਾ ਟਰੈਕਟਰ ਉਹ ਸਭ ਅਗਲੇ ਤਸੱਲੀ ਕਰਾ ਕੇ ਦੇਵਾਂਗੇ ਮਗਰ ਜਾਵਾਂਗੇ ਜਮਾਂ ਪੱਕਾ ਜਾਵਾਂਗੇ ਕੋਈ ਗਾਹਕ ਹੈਗਾ ਇੱਥੇ ਆਇਆ ਹੋਇਆ ਗਾਹਕ ਹੈਗਾ ਲਿਆ ਮਲਾਓ ਕਿਹੜਾ ਗਾਹਕ ਕਿੱਧਰ ਗਿਆ ਪਾਊਗੇ ਕਿੱਧਰ ਗਿਆ ਪਾਊ ਨੂੰ ਆਵਾਜ਼ ਮਾਰੀ ਆ ਸਾਰੇ ਬੜੀ ਜਾਂਦੇ ਜੀ ਉਹ ਸ਼ਾਫਟ ਥੋੜਾ ਸਾਰੀਆਂ ਬਣਾਈਆਂ ਇਕੱਲੇ ਇਕੱਲੇ ਆ ਪਈਆਂ ਸ਼ਾਫਟਾਂ ਬਰੀਤ ਨਰੋਈ ਵਾਲੀ ਹੈ ਸ਼ਾਫਟ ਜਿਹੜੀ 2.5 ਇੰਚ ਦੀ ਸ਼ਾਫਟ ਹੈ ਜੀ ਹਾਂ ਆ ਦੇਖ ਤਾਂ ਕੋਈ ਬੋਲਣ ਦੀ ਮੋਟੀ ਸ਼ਾਫਟ ਜੀ ਹਾਂ ਜਿਹੜਾ ਬਰਾਕਟ ਹੈ ਇਹ ਲੋਹੇ ਦਾ ਜੀ ਇਹ ਕੋਈ ਨਹੀਂ ਬੋਲਦਾ ਲੋਹੇ ਦਾ ਜੀ ਸਾਰੇ ਦੇਗੀ ਬੋਲ ਜਾਂਦੇ ਲੋਹੇ ਦੇ ਮਟੀਰੀਅਲ ਜਾਂ ਕੋਈ ਘਾਟ ਨਹੀਂ ਹੋਊਗੀ ਕਿਸੇ ਬਾਰੇ ਵੀ ਮਟੀਰੀਅਲ ਨਰਮ ਨਹੀਂ ਹਾਂ ਮਟੀਰੀਅਲ ਨਹੀਂ ਮਾੜਾ ਲਾਉਂਦੇ ਜੀ ਆਹ ਪੁਲੀ ਪਈ ਹੈ ਹਾਂਜੀ ਪੈਸੇ ਜਿਹੜੇ ਘੱਟ ਵਜਣ ਚਾਹੇ ਵਧ ਵਜਣ ਮਟੀਰੀਅਲ ਮਾੜਾ ਨਹੀਂ ਨਹੀਂ ਤੁਹਾਡਾ ਨਾਮ ਵੀ ਆ ਬਾਈ ਬਹੁਤ ਵੱਡਾ ਨਾਮ ਤਾਂ ਸਾਨੂੰ ਵੀ ਲੱਗਦਾ ਜੀ ਹਾਂ ਮੈਨੂੰ ਪਤਾ ਭਾਊ ਆਇਆ ਬਾਰਡਰ ਤੋਂ ਪਾਰ ਇਹਦੇ ਨਾਲ ਮਾੜੀ ਜਿਹੀ ਗੱਲ ਕਰ ਲਈ ਬਾਈ ਤੇਰੀ ਗਰੰਟੀ ਤੇ ਵਿਕਣੇ ਆ ਇਹ ਬਾਈ ਤੀਜੀ ਵਾਰ ਲੈਣਾ ਆ ਗਏ ਜਿਹੜਾ ਤੀਜੀ ਵਾਰ ਲੈਣਾ ਹੈ ਬਾਈ ਜੀ ਪਿੰਡ ਮੱਧਰਾ ਜੀ ਨਜ਼ਦੀਕ ਡਿੱਬੀ ਬੁਲਾ ਜੀ ਪਿੱਖੀਵਿੰਡ ਤੋਂ ਅੱਗੇ ਪਿੱਖੀਵਿੰਡ ਤੋਂ ਅੱਗੇ ਜਮਾਂ ਬਾਰਡਰ ਬਾਰਡਰ ਦੇ ਉੱਤੇ 2 ਟੋਕੇ ਲੈ ਗਏ ਸੀ ਜੀ ਦੋਨਾਂ ਟੋਕਿਆਂ ਨੇ ਇੱਕੜੇ 2 ਲੱਖ ਜੀ ਇੱਕੜੇ 2.5 ਲੱਖ ਰੁਪਏ ਕਮਾਈ ਕਰੀ ਸੀ ਪਿਛਲੇ ਸੀਗੇ ਅੱਛਾ ਜੀ ਤੀਜਾ ਹੁਣ ਫਿਰ ਅੱਜ ਇਹਨਾਂ ਨੂੰ ਸਾਈ ਦੇਣ ਵਾਸਤੇ ਆਏ ਅੱਛਾ ਮਤਲਬ ਕੋਈ ਕਿਸੇ ਕਿਸਮ ਦੀ ਡਿਫੀਕਲਟੀ ਨਹੀਂ ਜੇ ਚਾਲ ਕਰ ਸੀ ਚਾਲ ਲੈਣਾ ਗਰਾਈ ਕਰ ਸੀ ਗਰਾਈ ਲੈਣਾ ਗੇ ਹਰ ਪ੍ਰਕਾਰ ਦੀ ਗਰੰਟੀ ਹੈ ਫੁੱਲ ਜਿਹੜਾ ਤੀਜੇ ਪਹਿਲੇ ਸੀਜ਼ਨ ਦੂਜੇ ਸੀਜ਼ਨ ਵਾਲੇ ਦਾ ਸਮਾਨ ਲੈਣਾ ਆਇਆ ਉਹ ਵੀ ਦੇ ਰਹੇ ਨੇ ਹਾਂ ਜਿਹੜਾ ਤੀਜੇ ਸੀਜ਼ਨ ਵਾਲੇ ਦਾ ਸਮਾਨ ਲੈਣਾ ਤੀਜੇ ਜਿਹੜਾ 3 ਸੀਜ਼ਨ ਚੱਲ ਗਿਆ ਨਾਲੇ ਸਾਡਾ ਮੈਂ ਨਵੇਂ ਗੜ ਚੋਂ ਆਏ ਜਾਵਾਂ ਹਾਂ ਮੋਗੇ ਡੱਬੇ ਬਣਦੇ ਨਹੀਂ ਮੋਗੇ ਦੇ ਮੋਗੇ ਬਹੁਤ ਟੌਪ ਦੇ ਡੱਬੇ ਬਣਦੇ ਨੇ ਨਹੀਂ ਨਹੀਂ ਇਹਨਾਂ ਦਾ ਨਾਮ ਬਹੁਤ ਆ ਹਾਂਜੀ ਇਹਨਾਂ ਦੇ ਜਮਾਂ ਤੁਸੀਂ ਇਹ ਨਾਲੋਂ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਆ ਉਹ ਮੱਧਰ ਪਿੰਡ ਜਿੱਥੇ ਦੋਨੇ ਟੋਕੇ ਚੱਲ ਰਹੇ ਨੇ ਇੱਕ ਪੂਰਾ ਭਿੱਖੀ ਮਿੰਟ ਦੇ ਕੋਲ ਚੱਲ ਰਹੇ ਕੁਤਰਾ ਵਾਲਾ ਵਧੀਆ ਆਪਣੀ ਮਸ਼ੀਨ ਦਾ ਆਪਣੀ ਮਸ਼ੀਨ ਦੇ ਦਾਣਾ ਜਿਸ ਨੂੰ ਸਾਫ਼ ਤਾਂ ਮੈਨੂੰ ਕੋਈ ਮੈਨੂੰ ਕੁਤਰਾ ਚੱਲਦਾ ਦਿਖਾ ਕੇ ਅਦ ਨੂੰ ਵੀਡੀਓ 1 ਮਿੰਟ ਅਦ ਨੂੰ ਮੈਨੂੰ ਹਾਂ ਮੈਨੂੰ ਕਿਤੇ ਮੈਨੂੰ ਕਿਤੇ ਚੱਲਦਾ ਵੀ ਦਿਖਾ ਕੇ ਚੱਲਦਾ ਦਿਖਾ ਦਿਓ ਚਲੋ ਚੱਲਦਾ ਦੇਖ ਕੇ ਆਉਂਦੇ ਹੈਗਾ ਨੇੜੇ ਤੇੜੇ ਚੱਲਦਾ ਕਿਤੇ ਲਿਆ ਮੈਨੂੰ ਬਾਈ ਤੋਂ ਵੀ ਦੇਖ ਲੈਣ ਤੇਰੀ ਚੱਲਦੇ ਦਿਖਾਉ ਭਾਉ ਜੀ ਮੈਂ ਕੋਈ ਇਹ ਉਹ ਕੱਚੀਆਂ ਗੋਲੀਆਂ ਬਾਹਰ ਖੇਡ ਰਿਹਾ ਹਾਂ ਇਹ ਬੰਦ ਹੋ ਗਿਆ ਬੰਦ ਬਣ ਜੇ ਇਹਨੂੰ ਨੈਟ ਘੱਟ ਦੇ ਚੱਲਦੇ ਕੋਈ ਆਪਾਂ ਚੱਲਦੀ ਦਿਖਾ ਦਾਂਗੇ ਤੂੰ ਨਗਦੀ ਚੱਲਦਾ ਦੇਖ ਕੇ ਆਉਣਾ ਮੈਂ ਸਾਰਾ ਬਣਿਆ ਬੰਦ ਹੋ ਗਿਆ ਨਗਦ ਨਗਦੋ ਨਗਦੀ ਦੇਖ ਕੇ ਇਹ ਉੱਥੇ ਚੱਲਦਾ ਮੱਤਾ ਆ ਜੋ ਚੱਲੇ ਪਰ ਚੱਲਦਾ ਤੇ ਬਣਾ ਕੇ ਆਉਂਦਾ ਦੇਖ ਕੋਈ ਐ ਨਹੀਂ ਆ ਚੀਜ਼ ਫਲਾਣੀ ਸਮਝ ਚੱਕ ਲਿਆ ਦੀ ਆ ਚੀਜ਼ ਫਲਾਣੀ ਸਮਝ ਚੱਕ ਲਿਆ ਦੀ ਸਾਰੀ ਚੀਜ਼ ਆ ਬਣਾ ਕੇ ਲਾਉਂਦੇ ਆ
ਤੁਸੀਂ ਆਪ ਹੀ ਬਣਾ ਕੇ ਲਾਉਂਦੇ ਹੋ? ਆਪ ਜੀ ਖਰਾਦਾਂ ਸਾਰਾ ਕੁਝ ਬਣਾ ਕੇ ਜਾਂਦੇ ਹਾਂ। ਤਾਂ ਹੀ ਜੇ ਕੋਈ ਪਾਰਟ ਬਾਈ ਚਾਂਸ ਟੁੱਟ ਜੇ ਤਾਂ ਉਹ ਪਾਰਟ ਤੁਹਾਡੇ ਕੋਲੇ ਹੁੰਦਾ ਹੈ? ਪਾਰਟ ਜਿੱਥੋਂ ਮਰਜ਼ੀ ਲੈ ਲਓ ਮਿਲ ਜੂਗਾ ਪਾਰਟ, ਸਹੀ ਗੱਲ ਨਹੀਂ ਆਏ ਨਹੀਂ ਵੀ ਆਪਣੀ ਇਕੱਲੀ ਪਾਰਟ ਦੇ ਦਾਂਗੇ, ਟੁੱਟਦੇ ਹੀ ਨਹੀਂ ਵੈਸੇ ਤਾਂ ਪਹਿਲੇ ਕਦਾ ਕੋਈ ਚੀਜ਼ ਟੁੱਟਦੀ ਨਹੀਂ, ਟੁੱਟਣ ਵਾਲੀ ਚੀਜ਼ ਹੈ ਨਹੀਂ ਟੁੱਟਣ ਵਾਲੀ ਜੀ ਨਾ ਜਿਸ ਕੋਈ ਬੈਰ ਡਬਲ ਹੈ ਜੀ, ਆਹ ਪਲੇਟ ਦੇ ਲੋਕ ਮੋਟੀ ਹੈ, ਕੋਈ ਚੀਜ਼ ਹਿੱਲਣ ਵਾਲੀ ਰਹੀ ਨਹੀਂ। ਆਹ ਵੇਖੋ ਚਾਦਰ ਚੁਦਰ ਜੀ ਪੂਰੀ ਮਜ਼ਬੂਤ ਚਾਦਰ ਲਾਉਂਦੇ ਜੀ, ਸਾਰੀ ਪਲੇਟ ਲੱਗਦੀ ਸਾਰੀ ਇੱਥੇ, ਇੱਥੇ ਪੱਖੇ ਦੇ ਘੇਰੇ ਸਾਰੇ ਪਲੇਟ ਲੱਗਦੀ ਹੈ ਜੀ, ਮਾੜੀ ਲੱਗੀ ਹੋਈ ਸੱਤ ਮਿੰਟਾਂ ਟਰਾਲੀ ਭਰੂਗਾ ਜੀ, ਫਿਰ ਜੇ ਮਾਲ ਵੀ ਘਸੂ ਗਈ ਉਹ ਅਕਸਰ ਇਹਨੇ ਲੋਹੇ ਨੇ ਵੀ ਘਸਣਾ, ਤੇ ਜੇ ਘਸਣ ਵਾਲਾ ਹੋਊਗਾ ਤਾਂ ਫਿਰ ਬਈ ਖਰਾਬ ਹੋਊਗਾ। ਚੱਲ ਗਿਆ ਬਈ, ਚੱਲਦਾ ਦੇਖ ਕੇ ਚਲੋ। ਲੈ ਵੀ ਆਹ ਚੱਲੀ ਜਾਂਦੀ ਆ ਮਸ਼ੀਨ ਤੁਹਾਡੇ ਸਾਹਮਣੇ, ਆ ਰੁੱਗ ਲਾਈ ਜਾਂਦਾ ਜਮਾਂ ਸੁੱਕਾ ਲਾਂਗਾ, ਜਮਾਂ ਲੱਕੜਾਂ ਵਰਗਾ ਲਾਂਗਾ ਇਹ, ਅਤੇ ਖਿਚਾਈ ਦੇਖ ਲਓ, ਅਤੇ ਇੱਧਰਲੇ ਪਾਸੇ ਤਾਂ ਚੜ੍ਹਾ ਕੇ ਦਿਖਾ ਦੇਣਾ ਤੁਹਾਨੂੰ, ਤਾਂ ਕੁਤਰਾ ਦਿਖਾ ਦੇਣਾ ਤੁਹਾਨੂੰ, ਕੁਤਰਾ ਕੁਤਰਾ ਦਿਖਾ ਦੇ, ਚੱਕ ਲੈਂਦੇ ਆਹ ਵੇਖ ਲਓ, ਲੈ ਇਹਦੇ ਵੀ ਦਾਣੇ, ਇਹਦੇ ਵੀ ਦਾਣੇ ਕ੍ਰਸ਼ ਕਰੀ ਜਾਂਦੀ ਆ, ਜੇ ਹਰਾ ਹੋਵੇ ਤਾਂ ਤੁਸੀਂ ਦੇਖ ਲਓ ਕਿਵੇਂ ਬਣਾ ਦੂ, ਮਤਲਬ ਪੂਰਾ ਘੈਂਟ ਕੰਮ ਆ ਯਾਰ, ਜੇ ਕਿਸੇ ਬੰਦੇ ਨੇ ਖਰੀਦਣੀ ਆ ਪੂਰੀ ਵਧੀਆ ਮਸ਼ੀਨ ਆ ਬਾਈ। ਹੁਣ ਆਦੇ ਜਿਹੜੇ ਬੰਦਿਆਂ ਨੇ ਇਹ ਖਰੀਦਿਆ, ਇਹਨਾਂ ਦਾ 200 ਕਿੱਲਾ ਮੱਕੀ ਦਾ, 200 ਕਿੱਲਾ ਮੱਕੀ ਦਾ, ਅਤੇ ਇਹ ਬੰਦੇ ਦੇਖ ਲਓ ਆਹ ਆਹ ਮਸ਼ੀਨਾਂ 'ਤੇ ਭਰੋਸਾ ਕਰਦੇ ਆ, ਇਹ ਤਕਰੀਬਨ ਜਿੱਥੇ ਅਸੀਂ ਖੜ੍ਹੇ ਹਾਂ ਇਹ ਬਾਈ ਹੁਣਾਂ ਦੀ ਦੁਕਾਨ ਤੋਂ 60-70 ਕਿਲੋਮੀਟਰ ਦੂਰ ਹੈ, ਪਾਤਣੀ ਖੜ੍ਹੇ ਹਾਂ ਅਸੀਂ, ਅਤੇ ਬਾਈ ਹੁਣਾਂ ਦੀ ਦੁਕਾਨ ਆ ਜਿਹੜੀ ਉਹ ਤੁਹਾਨੂੰ ਪਤਾ ਬੁਲਾਡੇ ਆ, ਬੁਲਾਡਾ ਤੋਂ ਪਾਤਣਾ ਦਾ ਜਿੰਨਾ ਫਰਕ ਆ ਉਹ ਤੁਹਾਨੂੰ ਆਪ ਹੀ ਪਤਾ। ਜੇ ਤੁਸੀਂ ਵੀ ਮਸ਼ੀਨ ਖਰੀਦਣੀ ਹੈ ਤਾਂ ਬਾਈ ਹੁਣਾਂ ਦਾ ਨੰਬਰ ਆ ਜਿਹੜਾ ਸਕਰੀਨ 'ਤੇ ਦਿਸੀ ਜਾਂਦਾ, ਸੰਪਰਕ ਕਰ ਸਕਦੇ ਹਾਂ, ਵੀਡੀਓ ਸ਼ੇਅਰ ਕਰ ਦਿਓ।